ਉਂਝ ਤਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸਣ ਦਾ ਸੁਪਨਾ ਬੜੇ ਲੋਕਾਂ ਦਾ ਹੁੰਦਾ ਪਰ ਨਿਯਮ ਸਖਤ ਹੋਣ ਕਰਕੇ ਜਾਂ ਕਿਸੇ ਹੋਰ ਵਜ੍ਹਾ ਨਾਲ ਪੂਰਾ ਨਹੀਂ ਹੋ ਪਾਉਂਦਾ। ਪਰ ਯੂਰਪ ਦੇ ਦੇਸ਼ ਇਟਲੀ 'ਚ ਜਨਮ ਦਰ 'ਚ ਗਿਰਾਵਟ ਆਉਣ ਦੇ ਕਰਕੇ ਇੱਥੇ ਦੇ ਕਈ ਪਿੰਡ ਵਿਦੇਸ਼ੀਆਂ ਨੂੰ ਵਸਾਉਣ ਦੀ ਮੁਹਿੰਮ 'ਚ ਲੱਗੇ ਹੋਏ ਨੇ। ਇਸੇ ਲਈ ਨਵੇਂ ਨਵੇਂ ਆਫਰ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਆਪਣੀ ਅੱਖਾਂ ਤੇ ਕੰਨਾਂ ਤੇ ਵਿਸ਼ਵਾਸ ਨਹੀਂ ਰਹਿੰਦਾ। ਜਿੱਥੇ ਇੱਕ ਕਸਬੇ ਲੋਕਾਨਾ ਨੇ ਆਫਰ ਦਿੱਤਾ ਹੈ ਕਿ ਇੱਥੇ ਵਸਣ ਵਾਲੇ ਹਰ ਵਿਦੇਸ਼ੀ ਨੂੰ $10,000 ਯਾਨੀ ਕਿ ਕਰੀਬ 7 ਲੱਖ ਰੁਪਏ ਦਿੱਤੇ ਜਾਣਗੇ। ਤੇ ਇੱਕ ਹੋਰ ਪਿੰਡ ਨੇ ਐਲਾਨ ਕੀਤਾ ਕਿ ਇੱਥੇ ਆਉਣ ਵਾਲੇ ਜੋੜੇ ਨੂੰ ਪ੍ਰਤੀ ਬੱਚੇ ਦੇ ਹਿਸਾਬ ਨਾਲ 71,000 ਰੁਪਏ ਦਿੱਤੇ ਜਾਣਗੇ ਤੇ ਨਵਾਂ ਬਿਜ਼ਨਸ ਸ਼ੁਰੂ ਕਰਨ ਵਾਲਿਆਂ ਨੂੰ 1,62,000 ਰੁਪਏ। ਪੀਡਮੌਂਟ ਦੇ ਇੱਕ ਛੋਟੇ ਪਿੰਡ ਲੋਕਾਨਾ ਨੇ ਐਲਾਨ ਕੀਤਾ ਕਿ ਉਸ ਪਿੰਡ 'ਚ ਵਸਣ ਵਾਲਿਆਂ ਨੂੰ 3 ਸਾਲ ਤੱਕ 7.25 ਲੱਖ ਰੁਪਏ ਦਿੱਤੇ ਜਾਣਗੇ। ਜੇਕਰ ਜੋੜੇ ਦਾ ਇੱਕ ਬੱਚਾ ਹੈ ਤਾਂ ਉਹਨਾਂ ਨੂੰ ਸਾਲ ਦੇ 6,000 ਯੂਰੋ ਯਾਨੀ ਕਿ ਕਰੀਬ 5 ਲੱਖ ਰੁਪਏ ਦਿੱਤੇ ਜਾਣਗੇ। ਉੱਥੇ ਹੀ ਸਾਰਡਰੀਆਂ ਦੇ ਓਲੋਲਾਈ ਕਸਬੇ 'ਚ 1 ਯੂਰੋ ਯਾਨੀ ਕਿ ਲਗਭਗ 80 ਰੁਪਏ 'ਚ ਘਰ ਵੇਚਣ ਦੇ ਆਫਰ ਤਹਿਤ ਕਈ ਘਰ ਵੇਚੇ ਜਾ ਚੁੱਕੇ ਨੇ ਅਤੇ 6 ਰੈਨੋਵੈਂਟ ਹੋ ਰਹੇ ਨੇ ਤੇ 20 ਜਲਦੀ ਨਵੇਂ ਮਾਲਕਾਂ ਨੂੰ ਦਿੱਤੇ ਜਾਣਗੇ। ਇੱਕ ਹੋਰ ਕਸਬੇ ਬੋਰਗੋਮੇਸ ਵੇਲ ਨੇ ਵੀ ਲੋਕਾਂ ਨੂੰ ਵਸਾਉਣ ਲਈ ਬੰਦ ਪਏ ਕਾਟੇਜ ਨੂੰ $1 'ਚ ਵੇਚਣ ਦੀ ਯੋਜਨਾ ਬਣਾਈ ਹੈ। ਉੱਥੇ ਪਿੰਡ ਤੋਂ ਸ਼ਹਿਰ ਜਾਣ ਲਈ ਪਬਲਿਕ ਟਰਾਂਸਪੋਰਟ ਵੀ ਫ੍ਰੀ। ਲੋਕਾਨਾ ਦੇ ਮੇਅਰ ਜਿਓਵਾਨੀ ਬਰੂਨੋ ਮੇਤੀਆ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। ਸਨ 1900 ਦੀ ਸ਼ੁਰੂਆਤ 'ਚ ਇੱਥੇ 7,000 ਤੋਂ ਜ਼ਿਆਦਾ ਲੋਕ ਰਹਿੰਦੇ ਸੀ ਅਤੇ 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਰਹੇ ਨੇ। ਲੋਕਾਨਾ 'ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ। ਸੋ ਇਹ ਕਾਰਨ ਹੈ ਕਿ ਇਟਲੀ ਦੇ ਇਹਨਾਂ ਕਸਬਿਆਂ ਪਿੰਡਾਂ 'ਚ ਵਿਦੇਸ਼ੀਆਂ ਨੂੰ ਵਸਾਉਣ ਲਈ ਇੰਨੇ ਵਧੀਆ ਆਫਰ ਦਿੱਤੇ ਜਾ ਰਹੇ ਨੇ। ਪਹਿਲਾਂ ਤਾਂ ਕਈ ਥਾਵਾਂ 'ਤੇ ਆਫਰ ਵਿਦੇਸ਼ 'ਚ ਵਸਦੇ ਇਟਾਲਵੀ ਲੋਕਾਂ ਲਈ ਸੀ ਪਰ ਹੁਣ 9 ਇਟਾਲਵੀ ਲੋਕਾਂ ਨੂੰ ਵੀ ਇਹਨਾਂ ਸਥਾਨਾਂ 'ਤੇ ਆ ਕੇ ਵਸਣ ਲਈ ਇਹ ਆਫਰ ਦਿੱਤੇ ਜਾ ਰਹੇ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ। ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।